ਜੀ ਅੱਜ ਤੁਸੀਂ ਦੇਖ ਸਕਦੇ ਹੋ ਸਾਡੇ ਪਿੱਛੇ ਜਿਵੇਂ ਕਮਾਲਪੁਰ ਟੂਲ ਪਲਾਜ਼ਾ ਦੇ ਉੱਤੇ ਕਿਸਾਨਾਂ ਨੇ ਫਿਰ ਇੱਕ ਵਾਰ ਅੱਜ ਜਥੇਬੰਦੀਆਂ ਨੂੰ ਇਕੱਠਾ ਕੀਤਾ ਕਿਉਂਕਿ ਦਿੱਲੀ ਦੇ ਵਿੱਚ 6 ਤਰੀਕ ਨੂੰ ਜਿਹੜਾ ਇਹਨਾਂ ਨੇ ਇੱਕ ਟਰੈਕਟਰ ਮਾਰਚ ਕਰਨਾ ਜੋ ਕਿ 26 ਜਨਵਰੀ ਦੇ ਉੱਤੇ ਇੱਕ ਇਹਨਾਂ ਨੇ ਐਲਾਨ ਕੀਤਾ ਜਿਹੜਾ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਕਿਸਾਨਾਂ ਨਾਲ। ਤੁਸੀਂ ਬੈਕ ਸਾਈਡ ਤੇ ਤਸਵੀਰਾਂ ਦੇਖ ਸਕਦੇ ਹੋ ਲਾਈਵ ਟੂਲ ਪਲਾਜ਼ਾ ਤੋਂ ਤੇ ਜਿੱਥੇ ਅੱਜ ਕਿਸਾਨੀ ਵੱਲੋਂ ਇੱਕ ਅੰਦੋਲਨ ਦੇ ਵਿੱਚ ਇੱਕ ਵੱਡਾ ਇਕੱਠ ਕਰਨ ਦਾ ਇੱਕ ਐਲਾਨ ਕੀਤਾ ਗਿਆ ਤੇ ਆਪਾਂ ਜਿਹੜੇ ਕਿਸਾਨ ਆਗੂ ਨੇ ਪ੍ਰਗਟ ਸਿੰਘ ਜੀ ਰੋਲੂ ਮਾਜਰਾ ਉਹਨਾਂ ਨਾਲ ਗੱਲ ਕਰਦੇ ਹਾਂ ਵੀ ਇਹ ਜਿਹੜਾ ਪ੍ਰੋਗਰਾਮ ਆ ਕੀ ਨਵੇਂ ਐਲਾਨ ਨੇ ਕਿਸਾਨਾਂ ਵੱਲੋਂ ਉਹਨਾਂ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਸਾਡੇ ਨਾਲ ਖੜੇ ਨੇ ਕਿਸਾਨ ਆਗੂ ਪ੍ਰਗਟ ਸਿੰਘ ਜੀ ਰੋਲੂ ਮਾਜਰਾ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਅੱਜ ਦਾ ਜਿਹੜਾ ਇਹ ਗਰੁੱਪ ਆ ਜਿਹੜਾ ਅੰਦੋਲਨ ਲੈ ਕੇ ਕਾਫ ਲੈ ਕੇ ਪਹੁੰਚੇ ਨੇ ਇਸ ਟੂਲ ਪਲਾਜ਼ਾ ਦੇ ਉੱਤੇ, ਵੀ ਇਹ ਕਿੱਥੋਂ ਆਇਆ ਅਤੇ ਕੀ ਇਹਨਾਂ ਦੇ ਵਿਚਾਰ ਨੇ, ਇਹ ਸਾਰੀ ਗੱਲਬਾਤ ਦੱਸਣਗੇ ਸਾਡੇ ਨਾਲ ਕਿਸਾਨ ਆਗੂ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਮੈਂ ਪ੍ਰਗਟ ਸਿੰਘ ਰਾਲੂ ਮਾਜਰਾ, ਸੀ ਪੈਟਰਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਰੋਪੜ। ਅੱਜ ਦਾ ਜਿਹੜਾ ਸਾਡਾ ਇੱਥੇ ਪ੍ਰੋਗਰਾਮ ਹੈ, ਇਹ ਸਾਡੀ ਇੱਕ ਬੁੱਧੀਜੀ ਦੀ ਟੀਮ ਹੈ ਪੰਜਾਬ ਦੀ, ਉਹ 'ਚ ਪ੍ਰਸਿੱਧ ਪੱਤਰਕਾਰ ਹਮੀਰ ਸਿੰਘ ਹੈ ਔਰ ਡਾਕਟਰ ਪਿਆਰੇ ਲਾਲ ਜੀ ਗਰਗ ਹੈ, ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਉਹਦੇ ਵਿੱਚ, ਪ੍ਰੋਫੈਸਰ ਮਨਜੀਤ ਸਿੰਘ ਜੀ ਉਹਦੇ ਵਿੱਚ, ਅਤੇ ਇਹ ਟੀਮ ਸਾਡੀ ਹਮਾਇਤ ਦੇ ਵਿੱਚ ਥਾਂ ਥਾਂ 'ਤੇ ਜਾ ਕੇ ਇਸ ਲਹਿਰ ਨੂੰ ਮਜ਼ਬੂਤ ਕਰਨ ਲਈ, ਕਿਸਾਨੀ ਅੰਦੋਲਨ ਮਜ਼ਬੂਤ ਕਰਨ ਲਈ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਨੇ। ਪਹਿਲਾਂ ਨੇ ਸਵੇਰੇ 11 ਵਜੇ ਸੋੜੀਆਂ ਟੋਲ ਪਲਾਜ਼ੇ 'ਤੇ ਇਹਨਾਂ ਨੇ ਮੀਟਿੰਗ ਕੀਤੀ ਹੈ ਔਰ ਅੱਜ ਹੁਣ ਇੱਥੇ ਇਸ ਟਾਈਮ ਕੁਮਾਰਪੁਰ ਟੋਲ ਪਲਾਜ਼ੇ 'ਤੇ ਮੀਟਿੰਗ ਕਰ ਰਹੇ ਨੇ ਔਰ ਉਸ ਤੋਂ ਬਾਅਦ ਸ਼ਾਮ ਨੂੰ 4 ਵਜੇ ਰੋਪੜ ਭਸੀਨ ਭਾਵਰ ਇਹਨਾਂ ਨੇ ਇਸੇ ਲਹਿਰ ਸੰਬੰਧੀ ਲੋਕਾਂ ਨੂੰ ਜਾਗਰਤ ਕਰਨ ਲਈ, ਇਹ ਲੜਾਈ ਘਰ ਘਰ ਪਹੁੰਚਾਉਣ ਲਈ, ਪੰਜਾਬ ਬਚਾਉਣ ਲਈ, ਪਿੰਡ ਬਚਾਉਣ ਲਈ, ਦੇਸ਼ ਬਚਾਉਣ ਲਈ, ਕਾਲੇ ਕਾਨੂੰਨ ਰੱਦ ਕਰਾਉਣ ਲਈ ਅਤੇ ਰੁਜ਼ਗਾਰ ਪੈਦਾ ਕਰਨ ਲਈ, ਨਸ਼ੇ ਨੂੰ ਭਜਾਉਣ ਲਈ, ਉਹ ਸਾਰੀਆਂ ਗੱਲਾਂ ਨੂੰ ਲੈ ਕੇ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਇਹ ਚੱਲ ਰਿਹਾ ਔਰ ਅਸੀਂ ਇਸ ਪ੍ਰੋਗਰਾਮ ਨੂੰ ਇਹਨਾਂ ਦੀ ਅਗਵਾਈ 'ਚ ਅੱਗੇ ਲਿਜਾਵਾਂਗੇ, ਪਿੰਡ ਪਿੰਡ ਲਿਜਾਵਾਂਗੇ, ਘਰ ਘਰ ਲਿਜਾਵਾਂਗੇ, ਤਾਂ ਕਿ ਇਹ ਲੜਾਈ ਲੰਬੀ ਹੈ, ਜੇ ਕਿਤੇ ਸਾਡੇ ਇਹ ਕਾਨੂੰਨ ਰੱਦ ਹੋ ਜਾਣੇ ਹੈ ਨੋ ਡਾਊਟ, ਪਰ ਰੱਦ ਕਰਾਉਣ ਤੋਂ ਬਾਅਦ ਵੀ ਸਾਨੂੰ ਬਹੁਤ ਲੜਾਈਆਂ ਨੇ ਜਿਹੜੀਆਂ ਸਾਨੂੰ ਲੜਨੇ ਪੈਣੇ, ਤਾਂ ਸਾਡੇ ਪਿੰਡ ਬਚਣਗੇ, ਤਾਂ ਸਾਡਾ ਪੰਜਾਬ ਬਚੂਗਾ। ਬਹੁਤ ਬਹੁਤ ਧੰਨਵਾਦ ਸਿੰਘ ਜੀ ਰੋਲੂ ਮਾਜਰਾ ਜੋ ਕਿ ਉੱਘੇ ਕਿਸਾਨ ਆਗੂ ਨੇ, ਅਤੇ ਆਪਾਂ ਹੋਰ ਬੁਲਾਰਿਆਂ ਨਾਲ ਵੀ ਗੱਲ ਕਰਦੇ ਹਾਂ ਜੋ ਇੱਥੇ ਪਹੁੰਚੇ ਨੇ ਇਸ ਟੂਲ ਪਲਾਜ਼ਾ 'ਤੇ।